ਅਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਆ? ਠੀਕ ਹੋ? ਤਬੀਅਤ ਮਿਜ਼ਾਜ ਠੀਕ ਆ? ਸੁਣਾਓ, ਗਰਮੀ ਕਿੱਦਾਂ ਤੁਹਾਡੇ ਵੱਟ ਕੱਢੀ ਖੜੀ ਆ? ਆਪਣੇ ਆਪਣੇ ਤੁਹਾਡੇ ਜਿਹੜੇ ਇਲਾਕੇ ਆ ਨਾ, ਉਹਨਾਂ ਨਾਂ ਲਿਖ ਕੇ ਮੈਨੂੰ ਦੱਸੋ ਕਿ ਤੁਹਾਡੇ ਕੋਲ ਗਰਮੀ ਦੀ ਕੀ ਸੂਰਤ ਹਾਲ ਆ। ਹਾਂਜੀ, ਸਾਡੇ ਕੋਲ ਬਹੁਤ ਸ਼ਿੱਦਤ ਹੈ ਗਰਮੀ ਦੀ ਭਾਈ। ਬੰਦਾ ਥੋੜ੍ਹਾ ਜਿਵੇਂ ਬਾਹਰ ਨਿਕਲਦਾ ਨਾ ਕਮਰੇ 'ਚੋਂ, ਅਤੇ ਪਸੀਨੇ ਹੋ ਜਾਂਦਾ, ਜਿਵੇਂ ਹੁਣ ਬਾਰਿਸ਼ ਨਹਾ ਕੇ ਆਇਆ ਹੁੰਦਾ। ਕੁਛ ਇਲਾਕੇ ਐਸੇ ਹੈ ਨੇ ਜਿੱਥੇ ਗਰਮੀ ਦੀ ਸ਼ਿੱਦਤ ਕਮ ਹੈ। ਮੈਂ ਅਗਲੇ ਦਿਨ ਸੁਣਿਆ ਕਿ ਜਿੱਥੇ ਬਾਗਾਤ ਨੇ ਉੱਥੇ ਗਰਮੀ ਦੀ ਸ਼ਿੱਦਤ ਬਹੁਤ ਘੱਟ ਹੈ, ਬਾਕੀ ਜਗ੍ਹਾ ਦੀ ਨਿਸਬਤ ਉੱਥੇ ਦਾ ਜਿਹੜਾ ਦਰਜਾ ਹਰਾਰਤ ਉਹ ਵੀ ਬਹੁਤ ਕਮ ਆ। ਦੋਸਤ ਇੱਕ ਦੱਸ ਰਿਹਾ ਸੀ ਕਿ ਮੁਲਤਾਨ ਦੇ ਨਜ਼ਦੀਕ ਜਗ੍ਹਾ ਹੈ, ਹਾਲਾਂਕਿ ਤੁਸੀਂ ਜਾਣਦੇ ਹੋ ਕਿ ਮੁਲਤਾਨ 'ਚ ਬਹੁਤ ਗਰਮੀ ਪੈਂਦੀ ਹੈ, ਲੇਕਿਨ ਉਹ ਮੁਲਤਾਨ ਦੇ ਨਜ਼ਦੀਕ ਜਗ੍ਹਾ ਹੈ, ਨਜ਼ਦੀਕ ਹੀ ਹੈ, ਕੋਈ ਸਫ਼ਰ ਨਹੀਂ ਇਤਨਾ, ਮੈਂ ਦੇਖੀ ਨਹੀਂ, ਸੁਣਿਆ ਨਾ ਸੁਣਿਆ। ਜਗ੍ਹਾ ਦਾ ਨਾਂ ਹੈ ਜੋਕ ਵੈਂਸ, ਉੱਥੇ ਬਾਗਾਤ ਬਹੁਤ ਜ਼ਿਆਦਾ ਨੇ, ਬਹੁਤ ਜ਼ਿਆਦਾ। ਅਤੇ ਉੱਥੇ ਕਹਿ ਦੱਸਦੇ ਨੇ ਕਿ ਰਾਤ ਨੂੰ ਅੱਛੀ ਖਾਸੀ ਠੰਡਕ ਹੋ ਜਾਂਦੀ ਹੈ, ਜਿੰਨੇ ਵੀ ਮੌਸਮ ਬਿਹਤਰ ਹੁੰਦਾ ਬਾਕੀ ਸ਼ਹਿਰ ਦੀ ਨਿਸਬਤ, ਬਾਕੀ ਇਲਾਕੇ ਦੀ ਨਿਸਬਤ, ਲੇਕਿਨ ਰਾਤ ਨੂੰ ਉੱਥੇ ਠੰਡਕ ਮਹਿਸੂਸ ਹੁੰਦੀ ਹੈ, ਲੋਕ ਰਾਤ ਨੂੰ ਕੱਪੜਾ ਲੈ ਕੇ ਸੌਂਦੇ ਨੇ। ਵੱਲਾ ਆਲਮ ਇਹ ਗੱਲ ਕਿੱਥੇ ਤੱਕ ਠੀਕ ਹੈ, ਭਲਾ ਮੈਂ ਸੁਣੀ ਗੱਲ, ਲੇਕਿਨ ਤਜਰਬਾ ਇਹ ਦੱਸਦਾ ਕਿ ਜਿੱਥੇ ਦਰਖਤ ਜ਼ਿਆਦਾ ਲੱਗੇ ਹੁੰਦੇ ਆ ਉੱਥੇ ਗਰਮੀ ਦੀ ਸ਼ਿੱਦਤ ਕਮ ਹੁੰਦੀ ਆ, ਜਿੱਥੇ ਦਰਖਤ ਨਹੀਂ ਹੁੰਦੇ, ਉਜਾੜ ਵਿਰਾਨ ਜਗ੍ਹਾ ਹੁੰਦੀ ਹੈ। ਉਰਾਨ ਉਜਾੜ ਵਿਰਾਨ ਤੋਂ ਮੁਰਾਦ ਇਹ ਹੈ ਕਿ ਬਾਕੀ ਫਸਲਾਂ ਉੱਥੇ ਹੁੰਦੀਆਂ ਨੇ, ਲੇਕਿਨ ਲੋਕਾਂ ਨੇ ਇਹਨਾਂ ਫਸਲਾਂ ਦੀ ਖਾਤਰ ਆਪਣਾ ਦਰਖਤ ਕਟਾ ਦਿੰਦੇ ਆ, ਜਿਹਦੀ ਵਜ੍ਹਾ ਤੋਂ ਉੱਥੇ ਗਰਮੀ ਦੀ ਸ਼ਿੱਦਤ ਵੱਧ ਜਾਂਦੀ ਹੈ। ਅਤੇ ਮੈਂ ਆਪਣੇ ਸਾਰੇ ਦੋਸਤਾਂ ਨੂੰ, ਭੈਣਾਂ ਭਰਾਵਾਂ ਨੂੰ ਕਹਾਂਗਾ ਕਿ ਤੁਸੀਂ ਜਿਸ ਜਿਸ ਇਲਾਕੇ ਦੇ ਹੋ ਉਸ ਇਲਾਕੇ ਦਾ ਹਵਾਲਾ ਦੇ ਕੇ ਮੈਨੂੰ ਦੱਸਦੇ ਜਾਓ ਕਿ ਤੁਹਾਡੇ ਕੋਲ ਅੱਜ ਗਰਮੀ ਕਿਸ ਤਰ੍ਹਾਂ ਹੈ। ਉਮੀਦ ਹੈ ਮੈਨੂੰ ਕਿ ਤੁਸੀਂ ਸਾਰੇ ਜਨਾਬ ਮੈਨੂੰ ਕਮੈਂਟਸ ਲਾਜ਼ਮੀ ਦੱਸੋਗੇ। ਦੂਸਰਾ, ਮੈਂ ਆਪਣੇ ਦੋਸਤਾਂ ਨੂੰ, ਅਜ਼ੀਜ਼ਾਂ ਨੂੰ ਇੱਕ ਗੱਲ ਅਰਜ਼ ਕਰਾਂਗਾ ਕਿ ਜਿਨ੍ਹਾਂ ਨੇ ਮੈਨੂੰ ਸਬਸਕ੍ਰਾਈਬ ਕੀਤਾ ਹੋਇਆ ਉਹਨਾਂ ਨਾਲ ਗੱਲ ਕਰ ਰਿਹਾ ਮੈਂ, ਕਿ ਤੁਸੀਂ ਜਦੋਂ ਮੇਰੀ ਵੀਡੀਓ ਦੇਖਦੇ ਹੋ ਤਾਂ ਪੂਰੀ ਦੇਖਿਆ ਕਰੋ, ਹੋ ਸਕਦਾ ਤੁਹਾਨੂੰ ਮੇਰੀ ਆਵਾਜ਼ ਜਾਂ ਮੇਰੀ ਸ਼ਕਲ ਪਸੰਦ ਨਾ ਆਉਂਦੀ ਹੋਵੇ, ਤਾਂ ਤੁਸੀਂ ਇੱਦਾਂ ਕਰਿਆ ਕਰੋ ਕਿ ਵਾਲੀਅਮ ਬੰਦ ਕਰਤਾ ਕਰੋ, ਵੀਡੀਓ ਲਾ ਕੇ ਨਾ ਵਾਲੀਅਮ ਬੰਦ ਕਰ ਦਿੱਤਾ ਅਤੇ ਮੋਬਾਈਲ ਸਾਈਡ 'ਤੇ ਰੱਖ ਦਿੱਤਾ, ਦੋਵਾਂ ਚੀਜ਼ਾਂ ਤੁਹਾਡੀ ਜਾਨ ਛੁੱਟ ਜਾਏਗੀ, ਨਾ ਤੁਸੀਂ ਮੇਰੀ ਆਵਾਜ਼ ਸੁਣੋਗੇ ਨਾ ਤੁਸੀਂ ਮੇਰੀ ਸ਼ਕਲ ਦੇਖੋਗੇ, ਲੇਕਿਨ ਇਹ ਹੈ ਕਿ ਵੀਡੀਓ ਤੁਸੀਂ ਮੁਕੰਮਲ ਹੋ ਜਾਏਗੀ ਤੁਹਾਡੀ, ਉਹਦਾ ਹੋਏਗਾ ਕਿ ਮੈਨੂੰ ਕੀ ਫਾਇਦਾ ਹੋਏਗਾ ਯਾਰ, ਮੇਰੇ ਸਬਸਕ੍ਰਾਈਬਰ ਮਾਸ਼ਾਅੱਲਾ ਠੀਕ ਨੇ ਲੇਕਿਨ ਮੇਰਾ ਵਾਚ ਟਾਈਮ ਪੂਰਾ ਨਹੀਂ ਹੋ ਰਿਹਾ, ਇਸ ਤਰ੍ਹਾਂ ਕਰਦੇ ਹੋਏ ਤੁਸੀਂ ਕਰੋਗੇ ਨਾ ਤਾਂ ਕਰਨ ਦੇ ਨਾਲ ਇਸ ਤਰ੍ਹਾਂ ਹੋਏਗਾ ਕਿ ਮੇਰਾ ਵਾਚ ਟਾਈਮ ਪੂਰਾ ਹੋ ਜਾਏਗਾ।
ਬਾਕੀ ਜਿਹੜੇ ਨਵੇਂ ਨੇ ਮੇਰੇ ਦੋਸਤ ਅਜ਼ੀਜ਼ ਭਾਈ ਮੇਰੀਆਂ ਭੈਣਾਂ, ਤੁਹਾਨੂੰ ਮੈਂ ਅਰਜ਼ ਕਰਾਂਗਾ ਤੁਸੀਂ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ, ਔਰ ਜਦੋਂ ਸਬਸਕ੍ਰਾਈਬ ਕਰੋਗੇ ਤਾਂ ਨਾਲ ਹੀ ਤੁਸੀਂ ਬੈਲ ਆਈਕੋਨ ਦਾ ਬਟਨ ਲਾਜ਼ਮੀ ਦਬਾਉਣਾ ਅਤੇ ਨਾਲ ਆਲ ਦਾ ਆਪਸ਼ਨ ਤੁਸੀਂ ਲਾ ਦੇਣਾ, ਠੀਕ ਹੈ, ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਤੁਹਾਨੂੰ ਮਿਲਦੀ ਰਹੇ। ਆਪਣੇ ਕਮੈਂਟਸ ਕਰਨੇ ਨੇ, ਲਾਈਕਸ ਕਰਨਾ ਹੈ, ਅਤੇ ਸਾਰੇ ਵੀਰਾਂ ਅੱਗੇ ਮੈਂ ਇਹੀ ਕਹਾਂਗਾ ਕਿ ਤੁਸੀਂ ਯਾਰ ਆਪਣਾ ਜਿਹੜਾ ਤਾਵਨ ਵਾਲਾ ਹੱਥ ਹੈ ਅੱਗੇ ਵਧਾਓ ਅਤੇ ਮੇਰੇ ਨਾਲ ਤਾਵਨ ਕਰੋ। ਮੈਂ ਕੋਈ ਪੇਸ਼ਾਵਰ ਮੌਲਵੀ ਨਹੀਂ ਹਾਂ ਕਿ ਤੁਹਾਡੇ ਕੋਲੋਂ ਮੈਂ ਤਾਵਨ ਮੰਗ ਰਿਹਾ ਕਿ ਮੈਨੂੰ ਤੁਸੀਂ 10 ਵਾਸਤੇ ਚੰਦਾ ਦਿਓ, ਫਲਾਂ ਕਰੋ, ਯੇ ਕਰੋ, ਇਹ ਗੱਲ ਮੈਂ ਨਹੀਂ ਕਰ ਰਿਹਾ। ਮੈਂ ਤੁਹਾਡੇ ਨਾਲ ਇਹ ਗੱਲ ਕਰ ਰਿਹਾ ਕਿ ਤੁਸੀਂ ਜਨਾਬ ਤਾਵਨ ਇਹ ਕਰੋ, ਮੇਰੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਇਹਨੂੰ ਅੱਗੇ ਵਧਾਓ, ਠੀਕ ਹੈ। ਡਰਨ ਦੀ ਕੋਈ ਲੋੜ ਨਹੀਂ, ਬਿਲਕੁਲ ਮੈਂ 100% ਮੌਲਵੀ ਨਹੀਂ ਹੈਗਾ ਭਾਈ, ਅਤੇ ਨਾ ਮੈਂ ਕੋਈ 10 ਵਾਰ ਚੰਦਾ ਮੰਗਾ, ਨਾ ਮੇਰਾ ਕੋਈ ਦਰਸ ਹੈ, ਠੀਕ ਹੈ। ਮੈਂ ਆਮ ਜਿਹਾ ਬੰਦਾ, ਤੁਹਾਡੇ ਅੱਗੇ ਇਹ ਰਿਕੁਐਸਟ 2-4 ਦਫ਼ਾ ਪਹਿਲੇ ਵੀ ਕਰ ਚੁੱਕਿਆ, ਅੱਜ ਫਿਰ ਤੁਹਾਨੂੰ ਯਾਰ ਗਰਮ ਮੌਸਮ ਵਿੱਚ ਗਰਮ ਗਰਮ ਇਹ ਰਿਕੁਐਸਟ ਕਰ ਰਿਹਾ ਕਿ ਤੁਸੀਂ ਵੀ ਗਰਮ ਹੋ ਕੇ ਮੇਰੀ ਰਿਕੁਐਸਟ ਨੂੰ ਪੂਰਾ ਕਰੋ, ਮੇਰੇ ਚੈਨਲ ਸਬਸਕ੍ਰਾਈਬ ਕਰੋ, ਲਾਈਕ ਕਰੋ ਅਤੇ ਇਨਸ਼ਾਅੱਲਾ ਮੁਲਾਕਾਤ ਹੁੰਦੀ ਰਹੇਗੀ। ਮਿਲਾਂਗੇ ਅਗਲੀ ਵੀਡੀਓ 'ਚ, ਇਜਾਜ਼ਤ ਦਿਓ, ਸੋਹਣੇ ਰੱਬ ਦੇ ਹਵਾਲੇ, ਅਸਲਾਮ ਵਾਲੇਕੁਮ ਵਰਹਮਤੁਲਾ ਵਬਰਕਾਤਹੂ।